धन गुरु अर्जन देव पातशाह जी ने ना अपने मुबारक हथां दे नाल संगतां नूं चिट्ठियां लिखियां कि आपो अपना दसवंध लैके तुसी गुरु घर दे विच पहुंचो। ये चिट्ठियां जदों हरेक नगर दे विच पहुंचियां इत्थे मैं एक बेनती करनी योग समझदा किते एक गलत चीज ना अंदर ले आयो कि महाराज आप चिट्ठियां लिख के संगत को दसवंध मंगा रहे ने कि महाराज नूं माया दी लोड़ है। नहीं प्यारे हो, असलीयत दे विच सतगुरां नूं माया दी लोड़ नहीं, असलीयत च सतगुरु साडा भला चाहुंदे ने। कहदे वाहिगुरु वाहिगुरु कि जदों सुनिया मिलण दे नाल बंदा दसवां हिस्सा गुरु के निमित्त कढेगा माया दा, एदे घर जेडे नौ हिस्से पए ने ना माया दे ओ वी अमृत बन जाणगे। कहदे वाहिगुरु वाहिगुरु अमृत बन जाणगे। दसवंध जरूर कढ़िया करो, ये मेरी बेनती है। नहीं कढोगे ये महापुरखां दे बचन कहिंदे नहीं तां डाक्टर कचहरियां ते लग जांदा, निरंकार किसे रूप डंड लांदा जी। जे नहीं दसवंध कढोगे उन्हें ते अपना हिस्सा ले ही लेना है, वह भावें डाक्टरां दे रूप च लवे वकीलां दे रूप च ले लवे उन्हें ते कढा ही लेना है। ये मेरी बेनती, दसवंध कढ़िया करो। दसवंध ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ, ਕਹਿੰਦੇ ਜਿਸ ਕੋਠੇ ਨੂੰ ਪਰਨਾਲਾ ਨਾ ਨਾ ਲੱਗਿਆ ਹੋਵੇ ਉਹ ਚੋਣ ਲੱਗ ਪੈਂਦਾ ਹੈ ਤੇ ਸਮਾਂ ਆਉਣ ਤੇ ਡਿੱਗ ਵੀ ਜਾਂਦਾ ਹੈ। ਜਿੱਥੇ ਪਿਆਰਿਆ ਤੂੰ ਕਮਾਈ ਦਾ ਕੋਠਾ ਪਾਉਣਾ, ਕਮਾਈ ਦੀ ਛੱਤ ਪਾਉਣੀ ਹੈ ਨਾ, ਉੱਥੇ ਇਸ ਛੱਤ ਨੂੰ ਦਸਵੰਧ ਰੂਪੀ ਪਰਨਾਲਾ ਵੀ ਲਾਉਣਾ ਹੈ। कह दियो धन गुरु रामदास जी, धन गुरु रामदास जी, धन बाबा दीप सिंह जी। अपनी कमाई नूं दसवंध रूपी परनाला भी ला, जदों परनाला लाएगा ना दसवंध रूपी, जदों ओ दसवंध सही टिकाने यूज करेगा गुरु दियां खुशियां तेरी झोली च पैणगियां। नहीं ते रहत नामिया विच तुसी पढ़दे हो गोलक राखे नाहे जो शलका करे वपार, कहे गोबिंद सिंह लाल जी भोगे नरक हजार। दसवंध कढ़िया करो। चलो गुरु साहब ने जे चाहिया मैं आने वाले दिवाना दे विच तीन चार दिन लगातार दिवान इसे प्रकरण नूं लैके रखांगे। दसवंध कढ़ना किवें ते लाउणा कित्थे, उत्थे लियाओ बिरतियां। गुरु साहब साडा भला चाहुंदे ने कि जदों मेरे बच्चे जदों मेरे सिख दसवां हिस्सा माया दा गुरु घर देणगे ते इहदे घर जिहड़े नौ हिस्से माया दे पए ने ना ओह वी अमृत बन जाणगे। ते दूजा प्यारिओ दसवंध दे नाल ना इक वारी कह दिओ वाहिगुरु वाहिगुरु, दसवंध दे नाल गुरु घर दे नाल तुहाडी साडी सारिआं दी सांझ बन जांदी है। सांझ ਤੁਸੀਂ ਕਹੋਗੇ ਸਾਂਝ, ਹਾਂ ਸਾਂਝ ਬਣ ਜਾਂਦੀ। ਜਦੋਂ ਬੰਦਾ ਗੁਰੂ ਦੇ ਨਿਮਿਤ ਗੁਰੂ ਘਰ ਦੇ ਲਈ ਸੇਵਾ ਲਈ ਦਸਵੰਧ ਕੱਢਦਾ ਹੈ ਨਾ ਤੇ ਉਹਦੀ ਫਿਰ ਸਾਂਝ ਬਣ ਜਾਂਦੀ। ਗੁਰੂ ਕੇ ਮਹਿਲ ਦੀ ਸੇਵਾ ਚੱਲ ਰਹੀ ਸੀ ਅੰਮ੍ਰਿਤਸਰ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਹੈ ਤੇ ਮਹਾਂਪੁਰਖ ਜਿਹੜੇ ਸੇਵਾ ਕਰਾ ਰਹੇ ਸੀ ਉਹ ਨਾ ਰਿਕਸ਼ੇ ਵਾਲਿਆਂ ਦੇ ਕੋਲ ਚਲੇ ਗਏ ਤੇ ਰਿਕਸ਼ੇ ਵਾਲਿਆਂ ਦੇ ਕੋਲ ਜਾ ਕੇ ਨਾ ਉਹਨਾਂ ਨੂੰ ਕਹਿੰਦੇ ਬਈ ਦਸਵੰਧ ਦਿਓ, ਮਾਇਆ ਦਿਓ, ਗੁਰੂ ਕੇ ਮਹਿਲ ਦੀ ਕਾਰ ਸੇਵਾ ਚੱਲ ਰਹੀ। ਕੋਈ ਰਿਕਸ਼ੇ ਵਾਲਾ ਨਾ ਉਸ ਵੇਲੇ ਰੁਪਈਆ ਦਿੰਦਾ, ਕੋਈ 50 ਪੈਸੇ, ਕੋਈ 2 ਰੁਪਈਏ ਦਿੰਦਾ ਤੇ ਜਿਹੜੇ ਸੇਵਾਦਾਰ ਸੀ ਨਾ ਉਹਨਾਂ ਨੇ ਹੱਥ ਫੜ ਲਿਆ ਮਹਾਂਪੁਰਖਾਂ ਦਾ, ਮਹਾਂਪੁਰਖੋ ਇੰਨੇ ਇੰਨੇ ਧਨਾੜ ਬੰਦੇ ਨੇ ਤੁਹਾਡੇ ਸੰਗੀ ਜਿਹੜੇ ਕਿੰਨੀ ਕਿੰਨੀ ਸੇਵਾ ਕੱਲੀ ਕਰਾ ਸਕਦੇ ਨੇ, ਤੁਸੀਂ ਰਿਕਸ਼ੇ ਵਾਲਿਆਂ ਦੇ ਕੋਲ ਆ ਗਏ, ਇਹਨਾਂ ਦੇ ਕੋਲੋਂ ਦਸਵੰਧ ਲੈਣ ਆ ਗਏ। ਇਹਦਾ ਕਾਰਨ ਤੇ ਬਾਬਾ ਉਹ ਜੋ ਮਹਾਂਪੁਰਖ ਸੀ ਉਹ ਪਤਾ ਕੀ ਕਹਿੰਦੇ, ਕਹਿਣ ਲੱਗੇ ਪਿਆਰੇ ਉਹ ਅਸੀਂ ਰਿਕਸ਼ੇ ਵਾਲਿਆਂ ਦੇ ਕੋਲ ਤਾਂ ਕਰਕੇ ਆਏ ਹਾਂ, ਸ਼ਾਇਦ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਸੀਗੇ,
ਅਸੀਂ ਤਾਂ ਰਿਕਸ਼ੇ ਵਾਲਿਆਂ ਦੇ ਕੋਲ ਆਏ ਆ ਕਿ ਸਾਡੇ ਅੰਦਰ ਇਹ ਦਇਆ ਆ ਗਈ ਕਿ ਇਹਨਾਂ ਦੀ ਵੀ ਸਾਂਝ ਗੁਰਦੁਆਰਾ ਗੁਰੂ ਕੇ ਮਹਿਲ ਦਾ ਸਦਕਾ ਗੁਰੂ ਤੇਗ ਬਹਾਦਰ ਦੇ ਚਰਨਾਂ ਨਾਲ ਬਣ ਜਾਵੇ। ਮਹਾਂਪੁਰਖੋ ਸਮਝ ਨਹੀਂ ਪਾਏ ਇਹ ਆਪ ਜੀ ਕੀ ਕਹਿ ਰਹੇ ਹੋ ਤੇ ਕਹਿੰਦੇ ਕਿ ਜਿੰਨੇ ਹੁਣ ਮੰਨ ਲਓ 50 ਪੈਸੇ ਦਿੱਤੇ ਨੇ, ਇੱਕ ਇੱਟ ਵੀ 50 ਪੈਸੇ ਦੀ, ਉਦੋਂ ਇੱਟ ਦਾ ਮੁੱਲ ਇੰਨਾ ਕੌਣ ਹੈ, ਇੱਕ ਇੱਟ ਵੀ ਜੇ ਇਹਦੇ ਦਸਵੰਧ ਦੇ ਵਿੱਚੋਂ ਆ ਗਈ ਤੇ ਇੱਟ ਲੱਗ ਗਈ ਗੁਰਦੁਆਰਾ ਗੁਰੂ ਕੇ ਮਹਿਲ ਦੀ ਕਾਲ ਸੇਵਾ ਦੇ ਵਿੱਚ ਤੇ ਇਹਦੀ ਸਾਂਝ ਵੀ ਗੁਰੂ ਦੇ ਚਰਨਾਂ ਨਾਲ ਬਣ ਜਾਏਗੀ। ਕਿਉਂ? ਕਿਉਂਕਿ ਗੁਰਦੁਆਰਾ ਬਣਨ ਦੇ ਵਿੱਚ ਇਹਦੀ ਇੱਟ ਵੀ ਲੱਗੀ ਹੋਈ ਹੈ। ਕਹਿ ਦਿਓ ਵਾਹਿਗੁਰੂ। ਇਹਦਾ ਹੀ ਭਲਾ ਨਹੀਂ ਹੋਏਗਾ, ਇਹਦੀਆਂ ਕੁੱਲਾਂ ਦਾ ਵੀ ਉਧਾਰ ਹੋ ਜਾਏਗਾ। ਜਦੋਂ ਤੁਸੀਂ ਗੁਰੂ ਦੇ ਨਿਮਿਤ ਦਸਵੰਧ ਕੱਢਦੇ ਹੋ ਨਾ, ਦਸਵੰਧ ਤੇ ਗੁਰੂ ਘਰ ਨਾਲ ਤੁਹਾਡੀ ਸਾਂਝ ਬਣ ਜਾਂਦੀ ਹੈ। ਹੁਣ ਜੋ ਹੋਸਪਿਟਲ ਦੀ ਸੇਵਾ ਚੱਲ ਰਹੀ ਹੈ ਅੰਮ੍ਰਿਤਸਰ ਸਾਹਿਬ ਰਾਮ ਤੀਰਥ ਰੋਡ ਤੇ, ਜੋ ਕਿਣਕਾ ਕਿਣਕਾ ਸੰਗਤਾਂ ਸੇਵਾ ਕਰਦੀਆਂ ਨੇ, ਅੱਜ ਦੇ ਸਮਾਗਮ 'ਚ ਵੀ ਮੈਂ ਅਨਾਊਂਸ ਕਰਨਾ ਸੀ, ਚਲੋ ਕੁਦਰਤੀ ਵਿੱਚੇ ਵਿਧ ਬਣ ਗਈ ਹੈ। ਜੋ ਤਕਰੀਬਨ ਗੁਰੂ ਸਾਹਿਬ ਦੀ ਮਿਹਰ ਦੇ ਨਾਲ 200 ਬੋਰੀ ਸੀਮਿੰਟ ਦੀ ਸੇਵਾ, ਜੋ ਸਾਡੇ ਬੜੇ ਪਿਆਰੇ ਗੋਲਡੀ ਵੀਰ ਜੀ ਨਾਸਿਕ ਤੋਂ ਉਸ ਪਰਿਵਾਰ ਵੱਲੋਂ ਹੋਈ ਹੈ, ਸਤਿਗੁਰੂ ਚੜ੍ਹਦੀਆਂ ਕਲਾਂ ਬਖਸ਼ਣ। 500 ਇੱਟ ਦੀ ਸੇਵਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਨਸ਼ਹਿਰੇ ਤੋਂ ਗੁਰਮੁਖ ਪਰਿਵਾਰ ਹੈ, ਗੁਪਤ ਪਰਿਵਾਰ, ਉਹਨਾਂ ਨੇ ਕਿਹਾ ਨਾਮ ਨਹੀਂ ਬੋਲਣਾ, ਸਤਿਗੁਰੂ ਉਹਨਾਂ ਨੂੰ ਵੀ ਬਰਕਤ ਪਾਉ। ਇੱਦਾਂ ਜਦੋਂ ਬੰਦਾ ਗੁਰੂ ਘਰ ਦੇ ਲਈ ਜਦੋਂ ਦਸਵੰਧ ਕੱਢਦਾ ਹੈ, ਹੁਣ ਇਸ ਹਸਪਤਾਲ ਦੀ ਉਸਾਰੀ ਵਿੱਚ ਜਿਹੜਾ ਕਿਣਕਾ ਕਿਣਕਾ ਵੀ ਹਿੱਸਾ ਪਾ ਰਿਹਾ, ਉਹ ਵੀ ਮਾਣ ਨਾਲ ਕਹਿ ਸਕਦਾ ਕਿ ਸਤਿਗੁਰਾਂ ਨੇ ਤਰਸ ਕੀਤਾ, ਇਹਦੀ ਉਸਾਰੀ ਵਿੱਚ ਮੇਰਾ ਵੀ ਯੋਗਦਾਨ ਪਿਆ ਹੋਇਆ। ਨਹੀਂ ਤੇ ਸੱਚੀ ਗੱਲ ਹੈ, ਕਈ ਇਹੋ ਜਿਹੇ ਪ੍ਰੇਮੀ ਹੁੰਦੇ ਜਿਹੜੇ ਕਹਿੰਦੇ ਅਸੀਂ ਇਕੱਲੇ ਹੀ ਬਣਾਉਣ ਲਈ ਤਿਆਰ ਹਾਂ, ਪਰ ਮਹਾਂਪੁਰਖ ਇਹ ਚੀਜ਼ ਨੂੰ ਮਨ੍ਹਾ ਕਰ ਦਿੰਦੇ ਨੇ, ਬਈ ਤੇਰਾ ਹੰਕਾਰ ਇਹਦੇ ਵਿੱਚ ਝਲਕੇਗਾ ਕਿ ਮੈਂ ਬਣਾਇਆ। ਪਰ ਜਦੋਂ ਸੰਗਤ ਕਿਣਕਾ 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 ਦਸਵੰਧ ਦਿੰਦੀ ਹੈ, ਉਹਦੇ ਦਿੱਤੇ ਵਿੱਚ ਬਰਕਤ ਪੈਂਦੀ ਤੇ ਗੁਰੂ ਦੀ ਖੁਸ਼ੀ ਸ਼ਾਮਿਲ ਹੋ ਜਾਂਦੀ। ਕਹਦੇ ਵਾਹਿਗੁਰੂ। ਖੈਰ, ਜਿਹੜੀ ਮੈਂ ਗੱਲ ਕਰ ਰਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਅਪਾਰ ਬਖਸ਼ਿਸ਼ ਸਦਕਾ ਭਾਈ ਗੁਰ ਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪੀਟਲ ਰਾਮ ਤੀਰਥ ਰੋਡ ਅੰਮ੍ਰਿਤਸਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਹਸਪਤਾਲ ਵਿੱਚ ਲੋੜਵੰਦ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਏਗਾ। ਆਪ ਜੀ ਚੱਲ ਰਹੀ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ 9815089513 ਤੇ ਸੰਪਰਕ ਕਰ ਸਕਦੇ ਹੋ ਜੀ। ਆਪ ਜੀ ਆਪਣਾ ਮਾਇਆ ਰੂਪੀ ਸਹਿਯੋਗ ਇਸ ਅਕਾਊਂਟ 'ਚ ਵੀ ਪਾ ਸਕਦੇ ਹੋ ਜੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਸੇਵਿੰਗ ਅਕਾਊਂਟ 3399800104146825 ਪੰਜਾਬ ਨੈਸ਼ਨਲ ਬੈਂਕ IFSC ਕੋਡ PUNB 0987500। ਆਪ ਜੀ ਅਕਾਊਂਟ ਵਿੱਚ ਸੇਵਾ ਪਾਉਣ ਤੋਂ ਬਾਅਦ 9815089513 ਤੇ ਦੱਸਣ ਦੀ ਕਿਰਪਾਲਤਾ ਕਰਨੀ ਜੀ, ਤਾਂ ਜੋ ਆਪ ਜੀ ਨੂੰ ਰਸੀਦ ਤੇ ਸਤਕਾਰ ਭੇਜਿਆ ਜਾ ਸਕੇ। ਹਰ ਵੇਲੇ ਹਰ ਪੱਖ ਤੋਂ ਆਪ ਜੀ ਦੀ ਅਸੀਸ ਅਤੇ ਸਹਿਯੋਗ ਦੀ ਆਸ ਵਿੱਚ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪੀਟਲ ਰਾਮ ਤੀਰਥ ਰੋਡ ਅੰਮ੍ਰਿਤਸਰ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।